ਮੇਰਾ ਨਾਮ ਮੁਕੇਸ਼ ਅਸਾਰ ਹੈ, ਮੈਂ ਜਨਰਲ ਮੈਨੇਜਰ ਵੈਸਟ ਵੈਸਟਰਨ ਮੈਰੀਅਨ ਅੰਮ੍ਰਿਤਸਰ ਤੋਂ। ਪ੍ਰੈਸ ਕਾਨਫਰੰਸ ਹੈਗੀ ਹੈ ਜੀ, ਇਹਦਾ ਜਿਹੜਾ ਓਬਜੈਕਟਿਵ ਹੈ, ਇਹ ਓਬਜੈਕਟਿਵ ਹੈਗਾ ਕਿ ਅਸੀਂ ਆਪਣੇ ਹੋਟਲ 'ਚ ਇੱਕ ਨਵਾਂ ਆਊਟਲੈਟ ਸ਼ੁਰੂ ਕੀਤਾ ਆ ਜਿਹਦਾ ਨਾਮ ਸੋਹੋ ਹੈ। ਸੋਹੋ ਜਿਹੜਾ ਨਾਮ ਹੈ ਇਹ ਇੰਸਪਾਇਰਡ ਕੀਤਾ ਆ ਜਿਹੜੀ ਲੰਡਨ 'ਚ ਇੱਕ ਬੜੀ ਫੇਮਸ ਸਟਰੀਟ ਹੈਗੀ ਆ, ਸੋਹੋ ਸਟਰੀਟ। ਸੋਹੋ ਸਟਰੀਟ ਤੋਂ ਇੰਸਪਾਇਰ ਹੋ ਕੇ ਅਸੀਂ ਨੇਮ ਜਿਹੜਾ ਆ ਉੱਥੋਂ ਇੰਸਪਾਇਰ ਉਹਦਾ ਲਿਆ ਆ ਜੀ। ਅਤੇ ਇਸ ਆਊਟਲੈਟ ਦੇ ਵਿੱਚ ਅਸੀਂ ਇੱਕ ਵੈਸਟਰਨ ਸਟਾਈਲਡ ਥੀਮ ਔਰ ਵੈਸਟਰਨ ਸਟਾਈਲ ਆਰਕੀਟੈਕਚਰਲ ਡਿਜ਼ਾਈਨ ਕ੍ਰੀਏਟ ਕੀਤਾ ਆ ਜਿਹੜਾ ਕਿ ਆਈਡਲ ਪਲੇਸ ਰਹੇਗਾ ਵੈਸਟਰਨ ਸਟਾਈਲ ਕਿੱਟੀ ਪਾਰਟੀਜ਼ ਔਰ ਫੈਮਿਲੀ ਗੈਟ ਟੂਗੈਦਰ ਔਰ ਬਰਥਡੇ ਔਰ ਅਦਰ ਸੈਲੀਬ੍ਰੇਸ਼ਨਸ ਨੂੰ ਸੈਲੀਬ੍ਰੇਟ ਕਰਨ ਦਾ, ਜਿਹਦੇ 'ਚ ਅਸੀਂ ਫਸਟ ਵਰਲਡ ਕਲਾਸ ਵੈਸਟਰਨ ਮੈਨਿਊ, ਇਟੈਲੀਅਨ, ਮੈਕਸੀਕਨ, ਕੰਟੀਨੈਂਟਲ ਫੂਡ ਸਾਰਾ ਇਹਦੇ 'ਚ ਪਾ ਕੇ ਸਮ ਅਪ ਕੀਤਾ ਆ। ਅਤੇ ਇਹ ਜਿਹੜਾ ਸਾਡਾ ਸੈਟਅਪ ਅਸੀਂ ਇੱਥੇ ਕ੍ਰੀਏਟ ਕੀਤਾ ਆ, ਇਹਦੇ 'ਚ ਸਾਡੀ ਲਾਈਵ ਕਿਚਨ, ਸਵਿਮਿੰਗ ਪੂਲ ਸਾਈਡ ਸਿਟਿੰਗ, ਓਪਨ ਬਾਰ, ਕਰਾਫਟ ਬੀਅਰ, ਫਲੇਵਰਡ ਬੀਅਰ, ਬਹੁਤ ਸਾਰੇ ਸਿਗਨੇਚਰ ਮੋਕਟੇਲ ਕੋਕਟੇਲ ਜਿਹੜੇ ਕਿ ਸ਼ਹਿਰ ਵਿੱਚ ਬਹੁਤ ਘੱਟ ਨੇ। ਔਰ ਜੇ ਮੈਂ ਇਹ ਕਹਾਂ ਕਿ ਇਸ ਤਰ੍ਹਾਂ ਦਾ ਸ਼ਾਇਦ ਹੀ ਸ਼ਹਿਰ ਵਿੱਚ ਕੋਈ ਹੋਰ ਸਟੇਸ਼ਨ ਹੋਵੇ ਜਿੱਥੇ ਪੂਲ ਸਾਈਡ ਵੀ ਹੈ, ਤੁਹਾਡੇ ਕੋਲ ਸਵਿਮਿੰਗ ਪੂਲ ਵੀ ਹੈ। ਵੀ ਆਰ ਲੱਕੀ ਕਿ ਅਸੀਂ ਉਹ ਪਾਇਨੀਅਰ ਹਾਂ। ਅੰਮ੍ਰਿਤਸਰ ਵਾਸੀਆਂ ਕੇ ਲਈ ਇਹੀ ਮੈਸੇਜ ਹੈ ਕਿ ਮੈਂ ਪਵਨ ਸ਼ਰਮਾ, ਐਜੂਕੇਸ਼ਨ ਬੈਸਟ ਵੈਸਟਰਨ, 10 ਸਾਲ ਸੇ ਇਸ ਪ੍ਰੋਪਰਟੀ ਮੈਂ ਕੰਮ ਕਰ ਰਹਾ ਹੂੰ, ਸ਼ਹਿਰ ਮੈਂ ਸਰਵਾਈਵ ਫੂਡ ਕਰ ਰਹਾ ਹੂੰ। ਔਰ ਆਏ ਦਿਨ ਹਮ ਕੁਛ ਨਾ ਕੁਛ ਨਯਾ, 2-3 ਮਹੀਨਾ ਬਾਅਦ ਕੁਛ ਨਾ ਕੁਛ ਨਯਾ ਕਰਦੇ ਰਹੇ, ਫੈਸਟੀਵਲ ਹੈ, ਨਯਾ ਫੂਡ ਹੈ, ਕੁਛ ਨਈ ਕ੍ਰੀਏਸ਼ਨ ਹੈ। ਤੋ ਇਸ ਬਾਰ ਹਮ ਥੋੜ੍ਹਾ ਕੁਆਂਟੀ ਮੈਕਸੀਕਨ ਫੂਡ ਲੈ ਕੇ ਆਏ ਹੈ। ਤੋ ਸ਼ਹਿਰ ਕੀ ਡਿਮਾਂਡ ਥੀ ਕਿ ਕੁਛ ਨਯਾ ਹੋਣਾ ਚਾਹੀਏ, ਔਥੈਂਟਿਕ ਫੂਡ ਤੋ ਹੈ ਹੀ ਅੰਮ੍ਰਿਤਸਰ ਕਾ ਜੋ ਹੈ ਹਮਾਰੇ ਪਾਸ ਮੈਂ, ਲੇਕਿਨ ਉਸਕੇ ਇਲਾਵਾ ਅਬ ਹਮਨੇ ਜੋ ਮੈਕਸੀਕਨ ਫੂਡ ਲੈ ਕੇ ਆਏ, ਕਸਾ ਟਿੱਲਾ, ਫਜ਼ੀਤਾ, ਇੰਚਲਾਡਾ, ਟਾਕੋਸ, ਨਾਚੋਸ, ਇਹ ਥੋੜ੍ਹੀ ਡਿਮਾਂਡ ਹੈ ਯੰਗ ਜਨਰੇਸ਼ਨ ਕੀ। ਤੋ ਹਮ ਸ਼ਹਿਰ ਮੈਂ ਲੈ ਕੇ ਆਏ ਹੈ ਔਰ ਆਈ ਹੋਪ ਕਿ ਪੀਪਲ ਵਿਲ ਲਵ ਐਂਡ ਇੰਜੋਏ ਕਰੇਂਗੇ। ਧੰਨਵਾਦ। ਹਾਂ ਬਿਲਕੁਲ, ਮੈਂ ਇਹੀ ਚਾਹਤਾ ਹੂੰ ਕਿ ਲੋਕ ਆਏ, ਇੰਜੋਏ ਕਰੇਂ ਯਹਾਂ ਪੇ, ਔਰ ਹਮਾਰਾ ਵੀਨੂ ਇੱਕ ਬਾਰ ਆਏ ਔਰ ਦੇਖੇ।